ਕੁਦਰਤ ਦਾ ਨਜ਼ਾਰਾ ਜੋ ਕੁਦਰਤ ਨੇ ਆਪ ਸਿਰਜਿਆ ਹੈ ਇਸ ਪੌਣ ਪਾਣੀ ਬਸੰਤਰ ਨੂੰ ਸਾਫ਼ ਕਰਨ ਵਾਸਤੇ ਵਾਯੂ ਮੰਡਲ ਨੂੰ ਸ਼ੁੱਧ ਰੱਖਣ ਵਾਸਤੇ ਇਹ ਜੋ ਆਪਾਂ ਪੇੜ ਦੇਖ ਰਹੇ ਹਾਂ ਬਿਰਖ ਦੇਖ ਰਹੇ ਹਾਂ ਇਹਨਾਂ ਦੇ ਨਾਲ ਹੀ ਇਹ ਜਿਹੜਾ ਵਾਤਾਵਰਨ ਹੈ ਸ਼ੁੱਧ ਰਹਿੰਦਾ ਹੈ ਆਓ ਇਕੱਲੇ ਇਕੱਲੇ ਆਪਾਂ ਵੇਖਦੇ ਇੱਧਰ ਵੇਖਦੇ ਹਾਂ ਆਹ ਪੌਦਾ ਹੈ ਹੈ ਇਹਨਾਂ ਨੂੰ ਅਸੀਂ ਵੱਖ ਵੱਖ ਨਾਂ ਦੇ ਰਹੇ ਹਾਂ ਇਹ ਵੀ ਪਰਮੇਸ਼ਰ ਦਾ ਇੱਕ ਜੀਵ ਹੈ ਇਹਦੇ ਵਿੱਚ ਵੀ ਆਤਮਾ ਨਿਵਾਸ ਕਰ ਰਹੀ ਹੈ ਇਹਦੇ ਵਿੱਚ ਵੀ ਆਤਮਾ ਨਿਵਾਸ ਕਰ ਰਹੀ ਹੈ ਪਾਵਨ ਬਾਣੀ ਦੇ ਬਚਨ ਨੇ ਕਈ ਜਨਮ ਪੈਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇ ਸੰਜਰੀਆ ਬ੍ਰਿਖਸ਼ ਅਸੀਂ ਬ੍ਰਿਖਸ਼ਾਂ ਦੇ ਰੂਪ ਦੇ ਵਿੱਚ ਵੀ ਖੜ੍ਹੇ ਰਹੇ ਹਾਂ ਹੁਣ ਸਾਨੂੰ ਮਾਨਸ ਜਾਮਾ ਮਿਲਿਆ ਇਸ ਪਰ ਇਸ ਆਤਮਾ ਨੂੰ ਆਤਮਾ ਜਿਹੜੀ ਇਹਦੇ ਵਿੱਚ ਹੈ ਇਹਨੂੰ ਇਹ ਕੱਪੜਾ ਮਿਲਿਆ ਸਾਨੂੰ ਆਹ ਕੱਪੜਾ ਮਿਲਿਆ ਇਹ 84 ਲੱਖ ਜੂਨ ਤੋਂ ਉੱਤਮ ਹੈ ਇਹਨੇ ਪਰਮਾਤਮਾ ਦੀ ਭਗਤੀ ਕਰਨੀ ਹੈ ਸਿਮਰਨ ਕਰਨਾ ਹੈ ਉਹਨੂੰ ਪੂਜਣਾ ਹੈ ਉਹਨੂੰ ਧਿਆਉਣਾ ਹੈ ਉਹਨੂੰ ਸਿਮਰਨਾ ਹੈ ਅਤੇ ਉਹਦੇ ਵਿੱਚ ਲੀਨ ਹੋਣਾ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉਂ ਪਾਨੀ ਸੰਗ ਪਾਨੀ ਲੀਨ ਹੋਣਾ ਹੈ ਹੁਣ ਦੇਖੋ ਇਹਦੇ ਵਿੱਚ ਕਿੰਨੀ ਸਹਿਜ ਹੈ ਸਾਡੇ ਵਿੱਚ ਇੰਨੀ ਸਹਿਜ ਨਹੀਂ ਹੈ ਸਾਨੂੰ ਸਹਿਜ ਵਿੱਚ ਜਾਣ ਵਾਸਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਕਹਿ ਰਹੀ ਹੈ ਉਸ ਗਿਆਨ ਨੂੰ ਹਿਰਦੇ 'ਚ ਵਸਾਉਣਾ ਪੈਣਾ ਉੱਤੇ ਚੱਲਣਾ ਪੈਣਾ ਕਮਾਉਣਾ ਪੈਣਾ ਅਸੀਂ ਸਹਿਜ 'ਚ ਨਹੀਂ ਅਸੀਂ ਤ੍ਰੈ ਗੁਣਾਂ 'ਚ ਆ ਵਾਸ਼ਨਾਵਾਂ ਦੇ ਵਿੱਚ ਆ ਵਿਚਾਰਾਂ ਦੇ ਵਿੱਚ ਆ ਫੁਰਨਿਆਂ ਦੇ ਵਿੱਚ ਆ ਸੰਸਿਆਂ ਵਿੱਚ ਆ ਫਿਕਰਾਂ ਵਿੱਚ ਚਿੰਤਾ ਵਿੱਚ ਆ ਹੁਣ ਮੈਂ ਇਸ ਕੁਦਰਤ ਦੇ ਇਸ ਪੌਦੇ ਕੋਲ ਖੜ੍ਹਾ ਹੈ ਇਹਨੂੰ ਮੈਂ ਛੇੜ ਵੀ ਰਿਹਾ ਹੈ ਮਸਲ ਵੀ ਰਿਹਾ ਹੱਥਾਂ ਦੇ ਨਾਲ ਜੇ ਮੈਂ ਇਹਨੂੰ ਤੋੜ ਵੀ ਲਵਾਂ ਪਰ ਇਹ ਮੂੰਹੋਂ ਕੁਝ ਨਹੀਂ ਬੋਲ ਕੇ ਦੱਸੇਗਾ ਪਰ ਮਹਿਸੂਸ ਕਰ ਰਿਹਾ ਇਹਨੇ ਬੀਜ ਮੰਤਰ ਸਰਬ ਕੋ ਗਿਆਨ ਪਾਵਨ ਬਾਣੀ ਦੇ ਬਚਨ ਹੈ ਕੁਮਾਰ ਨੇ ਸਭ ਨੂੰ ਗਿਆਨ ਦਿੱਤਾ ਹੈ ਮਹਿਸੂਸ ਕਰ ਰਹੇ ਨੇ ਸਾਰੇ ਜਾਣੇ ਪਰ ਇਹ ਬੋਲ ਕੇ ਨਹੀਂ ਦੱਸ ਸਕਦੇ ਇਹਨਾਂ ਨਾਲ ਜੋ ਵਾਪਰ ਰਿਹਾ ਹੈ ਜੋ ਹੋ ਰਿਹਾ ਹੈ ਜਦੋਂ ਕੋਈ ਵੀ ਇਹਨਾਂ ਨੂੰ ਕੱਟਦਾ ਹੈ ਵੱਢਦਾ ਹੈ ਤੋੜਦਾ ਹੈ ਇਹ ਦੁੱਖ ਮਹਿਸੂਸ ਕਰਦੇ ਨੇ ਜੇ ਅਸੀਂ ਦੁੱਖ ਮਹਿਸੂਸ ਕਰਦੇ ਹਾਂ ਪੌਣ ਪਾਣੀ ਗਰਮ ਠੰਡਾ ਅਸੀਂ ਮਹਿਸੂਸ ਕਰਦੇ ਹਾਂ ਦੁੱਖ ਸੁੱਖ ਅਸੀਂ ਮਹਿਸੂਸ ਕਰ ਰਹੇ ਹਾਂ ਅਤੇ ਇਹਦੇ ਵਿੱਚ ਵੀ ਆਤਮਾ ਆ ਇਹ ਵੀ ਮਹਿਸੂਸ ਕਰ ਰਹੀ ਹੈ ਪਰ ਇਹ ਸਹਿਜ ਵਿੱਚ ਨੇ ਇਤਨੀ ਗਹਿਰਾਈ ਵਿੱਚ ਨੇ ਇਤਨੇ ਸਹਿਜ ਵਿੱਚ ਨੇ ਜੇ ਆਪਾਂ ਇਹਨੂੰ ਪੱਤੇ ਨੂੰ ਤੋੜ ਵੀ ਲਈਏ ਤਾਂ ਵੀ ਇਹ ਕੁਝ ਨਹੀਂ ਕਹਿ ਸਕਦੇ ਉਹ ਪਤਾ ਕਿੱਦਾਂ ਲੱਗੇਗਾ ਤੁਸੀਂ ਪ੍ਰੈਕਟੀਕਲ ਕਰਿਓ ਸਾਰਾ ਪ੍ਰੈਕਟੀਕਲ ਦਾ ਖੇਡ ਹੈ ਜਦੋਂ ਆਪਾਂ ਇਸ ਬ੍ਰਿਕਸ਼ ਨੂੰ ਵੱਢਾਂਗੇ ਇਹਨੂੰ ਕੱਟਾਂਗੇ ਕੋਈ ਟਾਹਣੀ ਨੂੰ ਤੋੜਾਂਗੇ ਇਹਦੇ ਵਿੱਚੋਂ ਪਾਣੀ ਸਿੰਮੇਗਾ ਇਹਦੇ ਵਿੱਚੋਂ ਅੱਥਰੂ ਨਿਕਲਣਗੇ ਉਹ ਇਹਦੇ ਆਪ ਦੇ ਹੋਣਗੇ ਜੋ ਪਾਣੀ ਸਿੰਮ ਰਿਹਾ ਅੱਥਰੂ ਸਿੰਮ ਰਿਹਾ ਉਹਦੇ ਆਤਮਾ ਦੇ ਆਪਣੇ ਨੇ ਕੋ ਦੁੱਖ ਮਹਿਸੂਸ ਕੀਤਾ ਕਿਉਂਕਿ ਇਹਦਾ ਇੱਕ ਅੰਗ ਸੀ ਜਿੱਦਾਂ ਆਹ ਸਾਡੇ ਹੱਥ ਪੈਰ ਉਂਗਲਾਂ ਸਾਡੇ ਅੰਗ ਨੇ ਨਾ ਸਰੀਰ ਦੇ ਇੱਦਾਂ ਇਹਦੇ ਇਹਨਾਂ ਦੇ ਵੀ ਆ ਅੰਗ ਨੇ ਕੁਦਰਤ ਮਹਾਰਾਜ ਦੇਖੋ ਕਿੱਦਾਂ ਇੱਦਾਂ ਦਾ ਅਸੀਂ ਨਹੀਂ ਬਣਾ ਸਕਦੇ ਬਣਾਉਟੀ ਦੇਖ ਲਓ ਬਣਾਉਟੀ ਪੌਦੇ ਸਜਾਵਟੀ ਪੌਦੇ ਬਥੇਰੇ ਆਉਂਦੇ ਨੇ ਪਰ ਜੋ ਕੁਦਰਤ ਨੇ ਸਾਜਿਆ ਇਹਦੇ ਵਰਗਾ ਅਸੀਂ ਨਹੀਂ ਬਣਾ ਸਕਦੇ ਇਹ ਮਹਾਰਾਜ ਜੀ ਸਾਜ ਸਕਦੇ ਉਹ ਕਿਰਪਾਲੂ ਦਿਆਲੂ ਸਾਜ ਸਕਦੇ ਸੱਚੇ ਪਾਤਸ਼ਾਹ ਨਿਰੰਕਾਰ ਵਾਹਿਗੁਰੂ ਹੁਣ ਇਹਨਾਂ ਨੂੰ ਵੀ ਦੁੱਖ ਮਹਿਸੂਸ ਹੁੰਦਾ ਉਹ ਪ੍ਰੈਕਟੀਕਲ ਹੈ ਜਦੋਂ ਕਿਤੇ ਵੀ ਚੈੱਕ ਕਰਿਓ ਕਦੋਂ ਵੱਢੋਂਗੇ ਨਾ ਅਤੇ ਚੋਂ ਪਾਣੀ ਸਿੰਮੇਗਾ ਦੁੱਖ ਹੁੰਦਾ ਹੈ ਪਰ ਕੱਝ ਕਰ ਕੁਝ ਨਹੀਂ ਸਕਦੇ ਆਓ ਇਹਨਾਂ ਦਾ ਦੁੱਖ ਫਿਰ ਕੌਣ ਵਡਾਉਂਦੇ ਨੇ ਉਹਨਾਂ ਬਾਰੇ ਥੋੜ੍ਹੀ ਜਿਹੀ ਵਿਚਾਰ ਕਰਦੇ ਹਾਂ ਫਿਰ ਜੇ ਇਹਨਾਂ ਨੂੰ ਦੁੱਖ ਹੁੰਦਾ ਹੈ ਫਿਰ ਇਹਨਾਂ ਦਾ ਹਾਲ ਚਾਲ ਕੌਣ ਪੁੱਛਦਾ ਹੈ ਜਦੋਂ ਸਾਨੂੰ ਕੋਈ ਦੁੱਖ ਹੁੰਦਾ ਤਕਲੀਫ ਹੁੰਦਾ ਕੋਈ ਬਿਮਾਰੀ ਲੱਗਦੀ ਹੈ ਕੋਈ ਸਾਡਾ ਭਰਾ ਕੋਈ ਭੈਣ ਕੋਈ ਰਿਸ਼ਤੇਦਾਰ ਤਾਇਆ ਚਾਚਾ ਕੋਈ ਦੂਰੋਂ ਨੇੜਿਓਂ ਆਂਢ ਗੁਆਂਢ ਦੇ ਵਿੱਚੋਂ ਇਕੱਠੇ ਆਉਂਦੇ ਬਈ ਤੈਨੂੰ ਕੀ ਗੱਲ ਹੋ ਗਈ ਹੈ ਹਾਲ ਚਾਲ ਪੁੱਛਣ ਆਉਂਦੇ ਨੇ ਕੋਈ ਸਾਨੂੰ ਹੋਸਪਿਟਲ ਵੀ ਲੈ ਜਾਂਦਾ ਹੈ ਕੋਈ ਦਵਾ ਦਾਰੂ ਕਰਨ ਵੀ ਲੈ ਜਾਂਦਾ ਪਰ ਹੁਣ ਇਹਨਾਂ ਦੇ ਬਾਰੇ ਕੌਣ ਪੁੱਛਣ ਆਉਂਦਾ ਹੈ ਆਓ ਅੱਗੇ ਆਪਾਂ ਆਹ ਦੇਖੋ ਦ੍ਰਿਸ਼ ਇਹ ਵੀ ਮਹਾਰਾਜ ਦੇ ਇੱਕ 84 ਲੱਖ ਜੂਨ ਦੇ ਵਿੱਚੋਂ ਇੱਕ ਜੂਨ ਹੈ ਜਿਹਨੂੰ ਕੀੜਾ ਕਹਿੰਦੇ ਨੇ ਕਾਢਾ ਹੈ ਇਹ ਦੇਖੋ ਛੋਟਾ ਜਿਹਾ ਘਰ ਇਹਨਾਂ ਦਾ ਬਣਿਆ ਹੈ ਛੋਟੀ ਜਿਹੀ ਖੁੱਡ ਹੈ ਇਸ ਖੁੱਡ ਦੇ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਇਹ ਰਹਿ ਰਹੇ ਨੇ ਪਰ ਕੋਈ ਲੜਾਈ ਝਗੜਾ ਕੋਈ ਸਹਿਜ ਵਿੱਚ ਨੇ ਬੜੀ ਸਹਿਜ ਵਿੱਚ ਨੇ ਬਹੁਤ ਸਹਿਜ ਵਿੱਚ ਨੇ ਬਾਹਰੋਂ ਆਪਣਾ ਭੋਜਨ ਇਕੱਠਾ ਕਰਕੇ ਇਸ ਖੁੱਡ ਵਿੱਚ ਆ ਕੇ
फिर चले जाते हैं। पर आप सहज बच्चे नहीं, असं दो भी हाँ, जे दो जने भी घर बच्चे ना तो भी ठा ठा हो ही जानी है, विचार आपस विचार का टकराव हो ही जा रहा है। चार जने तो भी बड़िया बड़िया कोठियां पालिया करोड़ा अरबा खरबा ला लें, पर साडे फिर भांडे आपस में खड़ गए हैं। पर वेखो किन्ने सहज बच्चे ने, सैकड़े इकतदार रह रहे हैं पर कोई झगड़ा नहीं। हुण मैं तुहानू पहला गल की सी कि वह जदों कोई घटदा है कोई वढ़दा है ना, आओ थानू होर अगे कुदरत दा वो दृश्य दिखालदे आ। आह वेखो आह कुदरत दा पौधा पेड़ लगा होया है, आ छोटे छोटे कीड़े आ देखो ना थले खुड बनी हुई है, आओ थले दिखाओ जरा, ये भी थले जड़ां दे विच खुड बनी हुई है, उत्थों कीड़े निकल रहे ने ते इस पेड़ ते चढ़ रहे ने, पेड़ ते चढ़ रहे ने। हुण जदों इत्थों कोई कट्टेगा इस पेड़ नूं, कोई टाहणी नूं कट्टेगा जां छिलेगा, इत्थों पाणी सिमेगा, ये देखो छोटे प्रैक्टिकल है, छोटे छोटे कीड़े जिहड़े ने उत्थे कट्ठे हो जाणगे। इहदा दुख वडाउण वास्ते, इहदा हाल चाल पुछण वास्ते उत्थे इकट्ठे हो जाणगे। इकट्ठे होकर की पुछदे, ये अपनी भाषा विच, असीं इन्ने सहज विच नहीं है, इन्नी इन्हां दी भाषा सुणन वास्ते फिर सानूं इन्नी सहज विच जाणा पैणा। सिमरन दी बहुत लोड़ है, अज्ज सिमरन कोई करके राजी नहीं, बंदगी को करके राजी नहीं, बड़ियां बड़ियां गल्लां असीं कर लैने, कह दिंदे सिमरन करना चाहिए जी, नाम जपना चाहिए, पर कदों जपना, जो संसार तो चल जाना उदों जपांगे। ये जिहड़ी देह मिली जपना तो होने जदों मिली है, इस बारी दे विच जपना, जपना कदों, सारे कहिंदे ने भाई जपना चाहिए, नाम जपो जी, नाम बड़ी मुस्टेजां ते नाम जपो जी, नाम जपो जी, जपना कदों। ये तां ही महसूस करके जो नाम जपांगे आपां इन्नी सहज जावांगे, अंतरगत जम के डूंघाई विच जावांगे, फिर ये महसूस कर सकते, ये महसूस कर रहे हैं आपस में भी गल्लां भी करते, भाई तेरना बड़ी माड़ी हुई है, तेनू छिलिया गया, तेनू कट्टिया गया, तेनू दुख होया, कोई गल नहीं भरा, जिदा आप एक दूजे हौसला देंदे ना दुख दे, भी हौसला देंदे ने, कोई गल नहीं, हुक्म है महाराज का, है ना। इस तरह प्यारू ये आपस में जेडे पौधे ने, आप हम देखो इतने हाथ रखा, आप माड़ जहा किसी देख भी लैंने, जो माड़ा जहा तू मेरे देखा कि माड़ा जहा कोई टच कर गया, तू मेरे मेनू हाथ कि लाया, हाँ जी आप गल पैन नू करते हैं, पर देखो असं आ देखो हाथ भी ला रहे हैं, कट्टी भी जा रहे, बढ़ी जा रहे, कुछ कह रहे हैं, सहज बच्चे ने, इन्नी किन्नी सहज बच्चे होंगी। गुरबाणी कहती इन्नी सहज बच्चे बंदे आ तेनू जाना पैना बंदगी करके, बंदे बंदगी एक त्यार साहिब रोसकर धर्म के प्यार, बंदा बनाए बंदगी वास्ते है, बंदा जिहड़ा महाराज ने बनाया बंदगी वास्ते है, जो बंदगी करांगे साडा मन सहज जाएगा। हाँ ये आपस में थोड़ा बहुत लड़ते भी ने, गल्लां भी करते ने, पर बड़े सहज बिच ने, साडी साडा जो लड़ाई झगड़ा हुंदा ना असी साडा फिर आला दुआला पिंड भी सुनदा, सारे आंढ गुआंढ इकट्ठा कर लेंदे, बड़ा रौला पैंदा। हुण देखो इन्हां दा ये आपस में लड़ते भी, कोई रौला थोड़ा पैंदा, बड़ा सहज बिच ने, लड़ते भी ने, खुशी भी मनाते ने, लड़ते भी ने, गल्लां भी करते ने, पर इन्हां दी गल्लां असी नहीं सुन सकते, एक दूजे कीड़े जिहड़े ने 84 लाख जो एक तो दूजे दी गल्लां सुन सकते। हुण सानू कहा जा रहा तुसी इन्ने सहज में चलो, तुसी त्रैगुणा नू छड्ड के, विचारां नू छड्ड के, त्रिशां नू छड्ड के, वाशां नू छड्ड के, सेंसियां फिकरां नू छड्ड के सहज में चलो, पर असी सहज में जाण नू तैयार नहीं। सहज में कौन है? अपना माता पिता। सहज में कौन है? जिन्हों मिलने वास्ते आए हैं। सरगुण निर्गुण निरंकार सुन समाधि आप, आपन किया नानका आपे ही फिर जात। जिन्हों असी जपना है वह सहज बिच है, तो सहज जिहड़ी है वह शब्द द्वारा शुरू होनी है। शब्द जपांगे मन सहज जाएगा, त्रैगुणा तो तीत होएगा, वाशना तो तीत होएगा, मन सहज जाएगा, फिर महसूस करेगा। जिहड़े काढ़े आ इहनूं काढ़े भी कई कहिंदे आ, कीड़े भी कह दिंदे आ, कई भाषा 'च कीड़े भी कहिंदे आ, धरती उत्ते जा रहे जड़ां दे विच। इहनां दे मित्र ने जो साडे मित्र ने ना, ये इहनां दे मित्र ने, ये भी विचारां करदे ने। 84 लाख जून जिहड़ी है, क्योंकि हरेक जीव प्यार पालदा, ये भी प्रेम दे भुखे ने, प्यार करना, इहनूं हत्थां दे नाल स्पर्श करना, इहनूं पाणी पाओ, इहनां गल्लां करो, तुसीं वी गल्लां कर सकदे आ, महसूस करदे ने,
ਇਹ ਤੁਹਾਨੂੰ ਸੁਣਦੇ ਪਰ ਅਸੀਂ ਇਹਨਾਂ ਨੂੰ ਨਹੀਂ ਸੁਣ ਸਕਦੇ, ਇਹ ਸਾਡੀ ਸੁਣ ਰਹੇ ਨੇ ਕਿਉਂਕਿ ਇਹਦੇ ਸਹਿਜ ਵਿੱਚ ਨੇ, ਉਹ ਲੱਗੇ ਨੇ। ਇੱਕ ਤਾਂ ਅਸੀਂ ਨਹੀਂ ਪੁੱਛਾਂਗੇ, ਇੱਕ ਜਿਹਨਾਂ ਗੱਲਾਂ ਕਰਾਂਗੇ, ਜਿਹਨੂੰ ਪਾਣੀ ਪਾਵਾਂਗੇ, ਜਿਹਦਾ ਹਾਲ ਚਾਲ ਪੁੱਛਾਂਗੇ, ਉਹ ਵਧੇਗਾ, ਫੁੱਲੇਗਾ, ਖਿੜੇਗਾ। ਜਿਹਨੂੰ ਨਹੀਂ ਪੁੱਛਾਂਗੇ, ਜਿਹਦਾ ਹਾਲ ਚਾਲ ਨਹੀਂ ਪੁੱਛਾਂਗੇ, ਉਹ ਫਿਰ ਇੱਦਾਂ ਦਾ ਹੋ ਜਾਏਗਾ। ਆਹ ਦੇਖੋ ਇੱਧਰ, ਆਹ ਵੇਖੋ, ਆਹ ਸੁੱਕ ਗਿਆ ਨਾ, ਇਹਦਾ ਹਾਲ ਚਾਲ ਨਹੀਂ ਕਿਸੇ ਨੇ ਪੁੱਛਿਆ, ਇਹਨੂੰ ਸਪਰਸ਼ ਨਹੀਂ ਕਿਸੇ ਨੇ ਕੀਤਾ, ਹਾਲ ਚਾਲ ਨਹੀਂ ਕਿਸੇ ਨੇ ਪੁੱਛਿਆ, ਅਤੇ ਦੇਖੋ ਸੁੱਕ ਗਿਆ। ਇਹ ਪ੍ਰੈਕਟੀਕਲ ਤੁਸੀਂ ਕਰਕੇ ਦੇਖਿਓ ਨਾ, ਸਾਰਾ ਪ੍ਰੈਕਟੀਕਲ ਦਾ ਖੇਡ ਹੈ। ਇਸ ਤਰ੍ਹਾਂ ਪਿਆਰਿਓ, ਇਹਨਾਂ ਵਿੱਚ ਵੀ ਦੁੱਖ ਸੁੱਖ ਹੈ, ਇਹ ਵੀ ਪਿਆਰ ਮਹਿਸੂਸ ਕਰਦੇ ਨੇ, ਇਹ ਵੀ ਪਿਆਰ ਦੇ ਭੁੱਖ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਸਾਖੀ ਆਉਂਦੀ ਨਾ, ਧੰਨ ਗੁਰੂ ਹਰਿ ਰਾਏ ਮਹਾਰਾਜ ਜਦੋਂ ਬਗੀਚੇ ਵਿੱਚ ਟਹਿਲ ਰਹੇ ਨੇ, ਬਗੀਚੇ ਵਿੱਚ ਟਹਿਲ ਰਹੇ ਨੇ, ਕਲੀਆਂ ਵਾਲਾ ਮਹਾਰਾਜ ਨੇ ਚੋਲਾ ਪਾਇਆ ਅਤੇ ਉਹਨਾਂ ਦੇ ਚੋਲੇ ਨਾਲ ਖਹਿ ਕੇ ਫੁੱਲ ਟੁੱਟ ਜਾਂਦੇ ਨੇ ਟਾਹਣੀ ਦੇ ਨਾਲ। ਮਹਾਰਾਜ ਦੇ ਮਨ, ਕਿਉਂਕਿ ਸਹਿਜ ਵਿੱਚ ਹੈ, ਉਹਨਾਂ ਦੇ ਮਨ ਨੂੰ ਦੁੱਖ ਹੋਇਆ, ਮਹਿਸੂਸ ਕੀਤਾ, ਕਿਉਂਕਿ ਕਿੰਨਾ ਸਿਮਰਨ ਹੋਊਗਾ ਮਹਾਰਾਜ ਜੀ ਦਾ, ਕਿੰਨੀ ਬੰਦਗੀ ਕਰਦੇ ਹੋਣਗੇ ਸੱਚੇ ਪਾਤਸ਼ਾਹ। ਦੁੱਖ ਮਹਿਸੂਸ ਹੋਇਆ ਕਿ ਟਾਹਣੀ ਦੇ ਨਾਲ ਪਹਿਲਾਂ ਲੱਗਾ ਸੀ, ਖਿੜਿਆ ਹੋਇਆ ਸੀ, ਹੁਣ ਟੁੱਟ ਗਿਆ, ਮੁਰਝਾ ਗਿਆ, ਬਰਾਕ ਕਰਨਾ ਸ਼ੁਰੂ ਕਰਤਾ। ਛੇਵੇਂ ਪਾਤਸ਼ਾਹ ਕਹਿੰਦੇ, ਪੁੱਤਰ ਜੀ ਅੱਗੇ ਤੋਂ ਆਪਣੇ ਚੋਲੇ ਨੂੰ ਤੁਸੀਂ ਸਾਂਭ ਕੇ ਚੱਲਣਾ, ਸੰਕੋਚ ਕੇ ਚੱਲਣਾ, ਇਹਨਾਂ ਵਿੱਚ ਵੀ ਆਤਮਾ ਹੈ। ਇਸ ਤਰ੍ਹਾਂ ਹੀ ਇੱਕ ਸਾਖੀ ਆਉਂਦੀ ਹੈ, ਭਾਈ ਨੰਦ ਲਾਲ ਜੀ, ਉਹ ਵੀ ਬਗੀਚੇ 'ਚ ਜਾ ਰਹੇ ਨੇ ਅਤੇ ਜਦੋਂ ਸਪਰਸ਼ ਕਰਦੇ ਨੇ, ਕਹਿੰਦੇ ਨੇ ਅਤੇ ਫੁੱਲ ਟਾਹਣੀ ਦੇ ਨਾਲ ਟੁੱਟ ਜਾਂਦਾ, ਬਰਾਗ ਕਰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਉੱਥੋਂ ਜੀ ਜਾ ਰਹੇ ਨੇ, ਉਹ ਕਹਿੰਦੇ ਨੰਦ ਲਾਲ ਤੂੰ ਕਿਉਂ ਬਰਾਗ ਕਰਦਾ ਹੈ? ਕਿ ਮਹਾਰਾਜ ਜੀ ਮੇਰੇ ਨਾਲ ਖਹਿ ਕੇ ਨਾ ਫੁੱਲ ਟੁੱਟ ਗਿਆ ਟਾਹਣੀ ਦੇ ਨਾਲ, ਅਤੇ ਮਹਾਰਾਜ ਕੀ ਬਚਨ ਕਰਦੇ? ਮਾਈ ਨੰਦ ਲਾਲ ਜੀ, ਕੋਈ ਗੱਲ ਨਹੀਂ, ਅਗਾਂਹ ਤੋਂ ਸੰਕੋਚ ਕੇ ਚੱਲਿਓ, ਗਾਂ ਤੋਂ ਖਿਆਲ ਰੱਖ ਕੇ ਚੱਲਣਾ ਹੈ, ਧਿਆਨ ਨਾਲ ਚੱਲਣਾ ਹੈ। ਮਹਾਰਾਜ ਫਿਰ ਕੀ ਕਿਹਾ ਬਚਨ? ਅੱਗੇ ਚਲੋ ਨੰਦ ਲਾਲਾ, ਪਾਛੇ ਬੀਤੀ ਸੋ ਬੀਤੀ, ਅੱਗੇ ਸੰਕੋਚ ਕੇ ਚੱਲਣਾ ਕਿ ਇਹਨਾਂ ਵਿੱਚ ਵੀ ਆਤਮਾ ਹੈ, ਇਹ ਵੀ ਪਿਆਰ ਦੇ ਭੁੱਖੇ ਨੇ, ਇਹਨਾਂ ਦੇ ਵਿੱਚ ਵੀ ਕੁਦਰਤ ਦੇ ਸਾਰੇ ਰੰਗ ਭਰੇ ਨੇ, ਇਹ ਵੀ ਦੁੱਖ ਮਹਿਸੂਸ ਕਰਦੇ ਨੇ, ਅਤੇ ਇਹਨਾਂ ਦਾ ਵੀ ਖਿਆਲ ਰੱਖਣਾ ਹੈ। 84 ਲੱਖ ਜੂਨ ਸਭ ਨਾਲ ਪਿਆਰ ਕਰਨਾ, ਇੱਕ ਮਹਾਰਾਜ ਨੇ ਪਰਿਵਾਰ ਬਣਾਇਆ ਨਾ, 84 ਲੱਖ ਜੂਨ ਜਿਹੜਾ ਹੈ ਇੱਕ ਪਰਿਵਾਰ ਹੈ ਮਹਾਰਾਜ ਜੀ ਦਾ, ਜਿੱਦਾਂ ਆਪਣੇ ਘਰ ਵਿੱਚ ਇੱਕ ਪਰਿਵਾਰ ਹੁੰਦਾ ਨਾ, ਮਾਤਾ ਪਿਤਾ ਭੈਣ ਭਾਈ ਹੈ ਨਾ, ਬੱਚੇ ਹੁੰਦੇ ਨੇ, ਉਹ ਇੱਕ ਪਰਿਵਾਰ ਹੈ। ਇਸ ਤਰ੍ਹਾਂ ਇਹ ਵੀ ਮਹਾਰਾਜ ਦਾ ਇੱਕ ਪਰਿਵਾਰ ਹੈ, ਇਹਨਾਂ ਵੀ ਅਸੀਂ ਪਿਆਰ ਕਰਨਾ, ਹੁਣ ਤਾਂ ਇਹਨਾਂ ਨੂੰ ਕੱਟੀ ਜਾਂਦੇ ਹਾਂ, ਵੱਢੀ ਜਾਂਦੇ ਹਾਂ, ਬਸ ਮਾਇਆ ਦੀ ਦੌੜ ਲੱਗੀ ਹੋਈ ਹੈ, ਅਤੇ ਇਹਨਾਂ ਨਾਲ ਪਿਆਰ ਕਰੀਏ ਆਪਾਂ, ਨਾਲ ਆਪਾਂ ਸਿਮਰਨ ਕਰੀਏ, ਅਭਿਆਸ ਕਰੀਏ। ਦੇਖੋ ਧੰਨ ਗੁਰੂ ਅਰਜਨ ਦੇ ਮਹਾਰਾਜ ਕਿੰਨੀ ਸਹਿਜ ਹੋਏਗੀ, 33 ਤਵੀ 'ਤੇ ਆਸਣ ਲਾ ਲਿਆ, ਦੇਖੋ ਕਿੰਨਾ, ਦੇਖੋ ਇਹ ਸਹਿਜ ਵਿੱਚ ਨੇ। ਸਿੰਘਾਂ ਦੇ ਬੰਦ ਬੰਦ ਕੱਟੇ ਗਏ, ਤਨ ਚਰਖਣੀਆਂ ਦੇ ਚੜ੍ਹੇ, ਆਰਨ ਚੜ੍ਹਾਏ, ਕਿੰਨੇ ਸਹਿਜ 'ਚ ਹੋਣਗੇ ਉਹ, ਹੁਣ ਤਾਂ ਉਦੇ ਨਹੀਂ ਬਰਦਾਸ਼ਤ ਕਰਦੇ, ਮਾੜ ਜਿਹਾ ਕੋਈ ਚੜ੍ਹਾਈ ਕਰਦਾ ਆ, ਅਸੀਂ ਉਹਦੀ ਚੜ੍ਹਾਈ ਨਹੀਂ ਬਰਦਾਸ਼ਤ ਕਰਦੇ, ਹੈ ਨਾ ਜੀ, ਇਹ ਸਾਡੇ ਨੂੰ ਅੱਗੇ ਨਿਕਲ ਗਿਆ, ਅਸੀਂ ਤਾਂ ਇਹੀ ਈਰਖਾ ਸਾਡੇ 'ਚ ਪਲੀ ਜਾਂਦੀ ਹੈ ਕਿ ਸਾਡੇ ਨੂੰ ਅੱਗੇ ਨਿਕਲ ਗਿਆ ਜੀ, ਇਹਨੇ ਆਹ ਚੀਜ਼ ਲੈ ਲਈ, ਮਾੜੀ ਮਾੜੀ ਗੱਲ ਦੀ ਈਰਖਾ, ਕਿਉਂਕਿ ਸਾਡਾ ਮਨ ਸਹਿਜ 'ਚ ਨਹੀਂ। ਗੁਰਬਾਣੀ ਜੋ ਕਹਿ ਰਹੀ ਉਸ 'ਤੇ ਚੱਲ ਨਹੀਂ ਰਹੇ, ਜ਼ੋਰ ਬੜਾ ਅਸੀਂ ਲਾਇਆ ਗੁਰੂ, ਮੰਨੋ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ, ਪਰ ਉਸ ਗਿਆਨ ਨੂੰ ਕਮਾਵਾਂਗੇ ਨਾ ਜਦੋਂ, ਫਿਰ ਆਨੰਦ ਵੱਖਰਾ ਹੈ। ਅਤੇ ਜਿੰਨਾ ਅਸੀਂ ਕੁਦਰਤ ਤੋਂ ਟੁੱਟ ਜਾਵਾਂਗੇ, ਮਾਇਆ ਦੀ ਦੌੜ ਵੱਲ ਵੱਜ ਜਾਵਾਂਗੇ, ਸੁੱਖਾਂ ਆਰਾਮ ਦੇ ਵਿੱਚ ਪੈ ਜਾਵਾਂਗੇ, ਜਿਹੜੇ ਕਿ ਬਨਾਟੀ ਨੇ, ਉਹਨਾਂ ਵਿੱਚ ਸੁੱਖ ਨਹੀਂ ਹੈ, ਦੁੱਖੇ ਦੁੱਖ ਨੇ। ਦੇਖਿਓ ਕਿਤੇ ਵੱਡੇ ਵੱਡੇ ਜੋ ਦੀਸਣ ਲੋਕ, ਤਿੰਨਕੋ ਵਿਆਪੇ ਚਿੰਤਾ ਰੋਗ, ਬੜੇ ਚਿੰਤਾ ਦੇ ਰੋਗ ਉਹਨਾਂ ਨੂੰ ਲੱਗੇ ਹੋਏ ਨੇ, ਸਰੀਰ ਕਰਕੇ ਵੀ ਅਤੇ ਮਨ ਕਰਕੇ ਵੀ, ਹੈ ਨਾ ਜੀ। ਅਤੇ ਜਿਹੜੇ ਕੁਦਰਤ ਨਾਲ ਜੁੜੇ ਹੋਏ ਨੇ, ਜੇ ਆਇਆ ਵੀ ਹੈ ਕੋਈ ਤਾਂ ਨਹੀਂ ਚਲੇ ਜਾਏਗਾ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸਾਰਿਆਂ ਵਿੱਚ ਆਪਣੇ ਰੰਗ ਭਰੇ ਹੋਏ ਨੇ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਜੋਤ ਦਭਾਵੈ ਨਾਨਕਾ, ਸਾਈ ਗੱਲ ਚੰਗੀ। ਇਹ ਸੱਚੇ ਪਾਤਸ਼ਾਹ ਨੇ ਆਪਣੇ ਰੰਗ ਹਰੇਕ ਸਾਡੇ ਵਿੱਚ ਵੀ ਭਰੇ ਨੇ, ਅਸੀਂ ਵੀ ਉਹਨਾਂ ਨੇ ਇਹ 84 ਲੱਖ ਦੇ ਵਿੱਚੋਂ ਅਸੀਂ ਵੀ ਇੱਕ ਜੀਵ ਆ ਜਿਹਨੂੰ ਮਨੁੱਖ ਜਾਮਾ ਮਿਲਿਆ, ਸਾਡੇ ਵੀ ਭਰੇ, ਪਰ ਇਹ ਮਨੁੱਖ ਜਿਹੜਾ ਹੈ ਆਕੀ ਹੋ ਗਿਆ, ਇਹ ਦੂਰ ਹੋ ਗਿਆ ਕੁਦਰਤ ਤੋਂ, ਹੰਕਾਰੀ ਹੋ ਗਿਆ, ਇਹ ਮਨਮੁੱਖ ਬਣ ਗਿਆ ਹੈ। ਮਾਰਗ ਨੇ ਗੁਰਮੁੱਖ ਬਣ, ਗੁਰਮੁੱਖ ਬਣ ਲਈ ਕੀ ਕਰਨਾ? ਗੁਰਮਤ ਦਾ ਧਾਰਨੀ, ਗੁਰੂ ਦੇ ਬਚਨਾਂ ਦਾ ਧਾਰਨੀ ਹੋਣਾ ਪੈਣਾ, ਗੁਰੂ ਦੇ ਹੁਕਮ 'ਤੇ ਚੱਲਣਾ ਪੈਣਾ, ਗੁਰੂ ਦੀ ਰਜ਼ਾ 'ਚ ਚੱਲਣਾ ਪੈਣਾ, ਅਤੇ ਉਹ 'ਚ ਸੁੱਖ ਹੈ। ਦੇਖੋ ਇਹ ਗੁਰੂ ਦੇ ਹੁਕਮ ਵਿੱਚ ਖੜ੍ਹੇ ਆ, ਦੇਖੋ ਖੜ੍ਹੇ ਆ ਨਾ,
ਅਸੀਂ ਮਾੜਾ ਜਿਹਾ ਅਸੀਂ ਇੱਧਰ ਉੱਧਰ ਹਿੱਲ ਲੈਂਦੇ ਹਾਂ, ਦੇਖੋ ਹਿੱਲੀ ਜਾ ਰਹੇ, ਇਹ ਹਿੱਲ ਸਕਦੇ ਆ ਪਿਆਰਿਓ? ਹਿੱਲ ਸਕਦੇ? ਨਹੀਂ ਹਿੱਲ ਸਕਦੇ, ਕਿਉਂਕਿ ਉੱਧਰ ਦੇ ਹੁਕਮ ਦੇ ਵਿੱਚ ਖੜੇ, ਭਾਣੇ ਵਿੱਚ ਖੜੇ ਨੇ, ਰਜਾ 'ਚ ਖੜੇ ਨੇ, ਇੱਧਰ ਉੱਧਰ ਨਹੀਂ ਹੋ ਸਕਦੇ। ਇਹ ਜੂਨ ਦੇ ਵਿੱਚ ਕਿੰਨੀਆਂ ਸਹੂਲਤਾਂ ਮਹਾਰਾਜ ਨੇ ਸਾਨੂੰ ਮਨੁੱਖ ਜਾਮੇ ਦਿੱਤੇ ਆ, ਪਰ ਮਨੁੱਖ ਉਨਾ ਹੀ ਕੁਦਰਤ ਤੋਂ ਦੂਰ ਹੋ ਗਿਆ ਜਿੰਨੀ ਚੰਗੀ ਜੂਨ ਇਹਨੂੰ ਮਿਲੀ ਹੈ। ਜਿੰਨਾ ਉੱਤਮ ਜਾਮਾ ਮਿਲਿਆ ਉਨਾ ਕੁਦਰਤ ਤੋਂ ਦੂਰ ਹੋ ਗਿਆ, ਉਨਾ ਹੀ ਨਫ਼ਰਤ ਈਰਖਾ ਬੈਰ ਵਿਰੋਧ ਕਰਦਾ ਹੈ, ਲੜਦਾ ਹੈ, ਝਗੜੇ ਕਰਦਾ ਹੈ, ਜਾਤਾਂ ਪਾਤਾਂ ਦੇ ਵਿੱਚ ਵੰਡਿਆ ਹੋਇਆ ਹੈ। ਉਨਾ ਹੀ ਕੁਦਰਤ ਦਾ ਇਹ ਤਿਰਸਕਾਰ ਕਰ ਰਿਹਾ, ਕੁਦਰਤ ਨੂੰ ਮੰਨ ਨਹੀਂ ਰਿਹਾ, ਕੁਦਰਤ ਦੇ ਨਾਲ ਈਰਖਾ ਕਰ ਰਿਹਾ, ਬੈਰ ਵਿਰੋਧ ਕਰ ਰਿਹਾ। ਅਤੇ ਵੈਰ ਵਿਰੋਧ ਕਰਕੇ ਆਪਾਂ ਕੀ ਕਰਾਂਗੇ? ਸੁੱਖ ਪਾਵਾਂਗੇ? ਨਹੀਂ, ਦੁੱਖ ਹੀ ਮਿਲਣਗੇ। ਦੁੱਖ ਅੱਗੇ ਵੀ ਦੁੱਖ ਵਿੱਚ ਜੰਮੇ, ਦੁੱਖ ਮਰੇ, ਦੁੱਖ ਵਰਤਣ ਸੰਸਾਰ, ਦੁੱਖ ਵਿੱਚ ਜੰਮੇ ਸੀ, ਦੁੱਖ ਵਿੱਚ ਵਿਚਰੇ ਹਾਂ, ਅਤੇ ਅੱਗੇ ਵੀ ਦੁੱਖ ਹੀ ਮਿਲਣਗੇ। ਕੁਦਰਤ ਨੇ ਪੰਜੇ ਤੱਤ ਬਣਾਏ ਨੇ, ਪੌਣ, ਪਾਣੀ, ਅਗਨ, ਮਿੱਟੀ ਅਤੇ ਆਕਾਸ਼ ਤੱਤ। ਇਹਨਾਂ ਨਾਲ ਜੁੜ ਕੇ ਰਹਿਣਾ, ਅਟੈਚ ਹੋ ਕੇ ਰਹਿਣਾ, ਅਤੇ ਆਪਣੇ ਆ ਜਿਹੜੇ ਸੰਗੀ ਸਾਥੀ ਨੇ, ਭਰਾ ਨੇ ਆਪਣੇ, ਇਹਨਾਂ ਨਾਲ ਵੀ ਅਟੈਚ ਹੋ ਕੇ ਰਹਿਣਾ। 84 ਲੱਖ ਜੂਨ ਦੇ ਵਿੱਚ ਇੱਕ ਜਾਮਾ ਹੈ ਇਹਨਾਂ ਨੂੰ ਮਿਲੇ, ਜਦਾਸ ਸਾਨੂੰ ਮਨੁੱਖਾ ਜਾਮਾ ਮਿਲਿਆ, ਚੂੜਾ ਮਿਲਿਆ ਨਾ, ਇੱਦਾਂ ਹੀ ਇਹਨਾਂ ਨੂੰ ਵੀ ਆਹ ਜਾਮਾ ਮਿਲਿਆ ਹੈ। ਹੈ ਨਾ, ਲੈਣਾ ਕੁਦਰਤ ਦਾ ਉਹ ਆਨੰਦ, ਉਹ ਸੁੱਖ ਲੈਣਾ ਹੈ, ਅਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜੋ ਬਚਨ ਨੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ 'ਤੇ ਚੱਲਣਾ ਪੈਣਾ ਹੈ, ਕਮਾਉਣਾ ਪੈਣਾ, ਫਿਰ ਵੇਖਿਓ ਆਨੰਦ ਕਿੰਨਾ। ਮਨਮੁੱਖ ਜੀਵ ਹੈ, ਫੌਕੀ ਸ਼ੌਹਰਤ ਕਰਦਾ ਹੈ, ਝੂਠਾ ਘਮੰਡ ਕਰਦਾ ਹੈ, ਉਹ ਦੁਖੀ ਜੰਮਦਾ ਵੀ ਦੁਖੀ, ਸੰਸਾਰ 'ਤੇ ਵਿਚਰਦਾ ਵੀ ਦੁਖੀ, ਅਤੇ ਅੰਤ ਵੇਲੇ ਵੀ ਦੁਖੀ ਜਾਂਦਾ ਹੈ। ਫਿਰ ਕਿੱਧਰ ਚਲਾ ਜਾਂਦਾ? 84 ਦੇ ਚੱਕਰ ਵਿੱਚ ਪੈ ਜਾਂਦਾ। ਰੱਬ ਦੇ ਪਿਆਰੇ ਆਨੰਦ 'ਚ ਰਹਿੰਦੇ ਨੇ, ਆਨੰਦ 'ਚੋਂ ਹੀ ਆਉਂਦੇ ਅਤੇ ਆਨੰਦ ਵਿੱਚ ਚਲੇ ਜਾਂਦੇ ਨੇ। ਕਿਰਪਾ ਜੇ ਨਰਕੋ ਕੀਨੀ, ਤੈ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜੋ ਪਾਣੀ ਸੰਗ ਪਾਣੀ ਹੋਈਆਂ ਫੁੱਲਾਂ ਦੀ ਖਿਮਾ ਜੀ। ਸੱਚੇ ਪਾਤਸ਼ਾਹ ਰਹਿਮਤ ਕਰਨ, ਕੁਦਰਤ ਨਾਲ ਜੁੜੀਏ, ਕੁਦਰਤ ਦੇ ਪਿਆਰ ਦੇ ਵਿੱਚ, ਕੁਦਰਤ ਬਾਣੀ ਦੇ ਨਾਲ ਜੁੜੀਏ, ਸਿਮਰਨ ਕਰੀਏ, ਅਤੇ ਸਰਬੱਤ ਦਾ ਭਲਾ ਮੰਗੀਏ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ।